ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਅੱਜ ਕੇਂਦਰੀ ਸੁਧਾਰਕਾਰ ਅੰਮ੍ਰਿਤਸਰ ਵਿਖੇ ਜਿਹੜੇ ਸਿੰਘਾਂ ਦੀ ਬੁੱਤਾਂ ਦੇ ਮਸਲੇ 'ਤੇ ਸਿੰਘਾਂ ਦੀ ਰਿਹਾਈ ਹੋਈ ਆ, ਉਸ ਮਸਲੇ 'ਤੇ ਅਸੀਂ ਸਾਰੇ ਸਿੰਘ ਇੱਥੇ ਪਹੁੰਚੇ ਹੋਏ ਹਾਂ। ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਹੈ ਭਾਈ ਨਰਾਇਣ ਸਿੰਘ ਜੀ ਚੌੜਾ ਸਾਹਿਬ ਦਾ, ਜਿਨ੍ਹਾਂ ਨੇ ਕਿ ਬਹੁਤ ਪੈਰਵਾਈ ਕਰਕੇ ਸ਼ਾਹ ਸਿੰਘਾਂ ਦੀ ਵਿੱਚ ਵੜੋ ਜਾਂ ਹੋਰਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ, ਪਰ ਆਪਣੇ ਤੌਰ 'ਤੇ ਵਿਸ਼ੇਸ਼ ਧੰਨਵਾਦ ਕਰਦਾ ਭਾਈ ਨਰਾਇਣ ਸਿੰਘ ਜੀ ਚੌੜਾ ਸਾਹਿਬ ਦਾ, ਜਿਨ੍ਹਾਂ ਨੇ ਕਿ ਸਵੇਰ ਤੋਂ ਸ਼ਾਮ ਤੱਕ ਜੱਦੋਜਹਿਦ ਕੀਤੀ, ਲਗਭਗ ਸ਼ਾਹ ਸਿੰਘਾਂ ਦੀਆਂ ਜਮਾਨਤਾਂ ਵੀ ਦਿੱਤੀਆਂ, ਦੋ ਸਿੰਘਾਂ ਦੇ ਪਰਿਵਾਰਾਂ ਨੇ ਜਮਾਨਤਾਂ ਦਿੱਤੀਆਂ, ਪਰ ਵਿਸ਼ੇਸ਼ ਤੌਰ 'ਤੇ ਭਾਈ ਨਰਾਇਣ ਸਿੰਘ ਜੀ ਚੌੜਾ ਸਾਹਿਬ ਜਿਹੜੇ ਲਗਭਗ 3 ਦਿਨ ਵਿੱਚ ਕੋਰਟ ਦੇ ਵਿੱਚ ਰਹੇ ਨੇ, ਉਹ ਇੱਥੇ ਭੱਜ ਨੱਸ ਕਰਦੇ ਰਹੇ ਨੇ ਜਾਂ ਹੋਰ ਸਮੁੱਚੀਆਂ ਜਥੇਬੰਦੀਆਂ, ਬੇਸ਼ੱਕ ਜੀਆਂ ਨੂੰ ਜਿਹੜੀਆਂ ਇੱਥੇ ਜਥੇਬੰਦੀਆਂ ਪਹੁੰਚੀਆਂ ਨੇ, ਪਰ ਵਿਸ਼ੇਸ਼ ਤੌਰ 'ਤੇ ਸਾਨੂੰ ਉਹਨਾਂ ਸਿੰਘਾਂ ਦਾ ਵੀ ਜ਼ਿਕਰ ਕਰਨਾ ਚਾਹੀਦਾ ਜਿਨ੍ਹਾਂ ਨੇ ਬੈਕ ਸਾਈਡ 'ਤੇ ਰਹਿ ਕੇ ਕੌਮੀ ਭਾਵਨਾਵਾਂ ਦੇ ਤਹਿਤ, ਕਿਉਂਕਿ ਸਿੰਘਾਂ ਦੀ ਜਿੱਥੇ ਲੀਗਲ ਤੌਰ 'ਤੇ ਆਪਾਂ ਹੋਰ ਕਾਰਜ ਜ਼ਰੂਰੀ ਸੀ, ਉੱਥੇ ਸਿੰਘਾਂ ਦੀਆਂ ਜਮਾਨਤਾਂ ਵੀ ਜ਼ਰੂਰੀ ਸੀ। ਲਗਭਗ 3 ਕੁ ਪਰਿਵਾਰ ਸੀ ਜਿਹੜੇ ਇਸ ਗਲਤ ਸਮਰੱਥਾ ਮਹਿਸੂਸ ਕਰਦੇ ਵੀ ਜਮਾਨਤਾਂ ਨਹੀਂ ਦੇ ਸਕਦੇ। ਸਿੰਘ ਸਾਹਿਬ ਭਾਈ ਨਰਾਇਣ ਸਿੰਘ ਜੀ ਚੌੜਾ ਸਾਹਿਬ ਨੇ ਉਹਨਾਂ ਦੀਆਂ ਜਮਾਨਤਾਂ ਅਰੇਂਜਮੈਂਟ ਕਰਕੇ ਜਮਾਨਤਾਂ ਦੇ ਕੇ ਤਕਰੀਬਨ ਉਹ ਸ਼ਾਮਾਂ ਨੂੰ ਮਤਲਬ ਸਵੇਰ ਤੋਂ ਆ ਕੇ ਅਤੇ ਅੱਜ ਸ਼ਾਮਾਂ ਨੂੰ ਮਤਲਬ ਕਚਹਿਰੀ 'ਚੋਂ ਆਪਣੇ ਘਰ ਨੂੰ ਉੱਥੋਂ ਵਾਪਸ ਗਏ ਨੇ, ਕਿਉਂਕਿ ਉਹ ਕਿਸੇ ਤਰ੍ਹਾਂ ਦਾ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ। ਪਰ ਦਾਸ ਆਪਣੇ ਤੌਰ 'ਤੇ ਆਪਣਾ ਫਰਜ਼ ਸਮਝਦਾ ਸੀ ਕਿ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਮੈਂ ਵੀ ਉਹਨਾਂ ਦੇ ਨਾਲ ਸੀਗਾ ਕਿ ਉਹਨਾਂ ਦਾ ਇੱਥੇ ਆ ਕੇ ਧੰਨਵਾਦ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।